बिस्मिल्लाहिर्रहमानिर्रहीम, अल्लाह ताला के फजल करम रहमत के साथ आज का ब्लॉग शुरू करते हैं। लो जी प्यारे दोस्तों, अपने चोरी साहब की कॉल आई, कहना यार पेटी 200-300 रुपये महंगी हो गई है, लैनी या नहीं लैनी है। मैं कहा भाई लैनी लाजमन, वो महंगी है तो चाहे सस्ती है लाजमन लैनी है, तो घर तो रखनी नहीं बेचने वास्ते। तो चलो आप जाके देखते हैं उन्हें की पोजिशन है। तो तुम जरा कि ज्यादा जाने ना चैनल सब्सक्राइब करो, लाइक करो, शेयर करो, शुक्रिया। उन्हें देर तक आप मंडी पहुंच गए। खड़ाता हुआ जाम ढूंढ रहा हूँ, सूरत से मुखातिब मैं वो शाम ढूंढ रहा हूँ, मंजर मेरी नजर में ये सब सीन, वॉक द स्टेज चारों तरफ नाम गूंज। प्यारा दोस्तों सुमान शबीर अल्हम्दुलिल्लाह आ पहुंचे। देखिए चोरी साहब उन्होंने की लिया वा। दुकान होना चाहिए 430 बई। एक रह गई मूंगी दी फली बई। हेलो ओ सलीम होटल, ओ अनवार होटल, आ 430 चांदी, 430 अनवार बई। 2500 रुपये की चोरी साहब ने भिंडी लई है, 2000 रुपये का कद्दू, लोबिया दी फलियां लैनियां, लोबिया दी बंदे मूंगी दी फलियां, 2750 भिंडी दी। बोरी शुरू हो जाए, चोरी साहब इतने बहना वा इस कुर्सी ते, हुण कुर्सी इस टाइम खाली है, जो आएंगे तो फिर आप केले लवांगे। प्यारे दोस्तों सब्जी भी अल्हम्दुलिल्लाह हो गई, अपने केले भी हो गए 5 टोटे केलिया, 1 2 3 4 5 ठीक है भा। ਹੁਣ ਤੋਂ ਪਹੁੰਚ ਦੁਕਾਨ ਤੇ ਅਸੀਂ ਆਨੇ ਕਾਰ ਅਲਹਮਦੁਲਿਲਾ ਆਪਾਂ ਪੁੱਛੇ, ਤੇ ਹੁਣ ਸਿਰਫ ਨਾਸ਼ਤਾ ਕਰਨਾ ਤੇ ਕੱਪੜੇ ਚੇਂਜ ਕਰਨ, ਤੇ ਫਿਰ ਆਪਾਂ ਅਗਲਾ ਕੰਮ ਕਰ। ਅਹਿਮਦ ਸਿਰ ਸੁੱਤਾ ਆ, ਫੁੱਲ ਕੁਕੀਆਂ ਮਾਰਿਆ ਪੋ, ਮੈਨੂੰ ਲਾਵੇ ਇਹਦਾ ਕੀ ਕਸੂਰ ਆ ਵਿੱਚ, ਖਿੱਚ ਕੇ ਫੜਿਆ ਹੈ। ਹਿੱਲਣਾ ਨਹੀਂ ਹੈ, ਹਾਲਾ ਓਕੇ ਮਿਲਾ ਜੀ ਨਾਸ਼ਤੇ ਚ। ਪਿਆਰੇ ਦੋਸਤੋ ਆਪਣੇ ਕੋਲ ਹੈਗਾ ਬੈਂਗਨ ਅਰਬੀ, ਬਿਸਮਿਲ੍ਲਾਹ ਓ ਮਾਸ਼ਾਅੱਲਾ ਬਿਸਮਿਲ੍ਲਾਹ। ਤੋ ਨਾਸ਼ਤਾ ਅਲਹਮਦੁਲਿਲ੍ਲਾਹ ਆਪਣਾ ਹੋ ਗਿਆ ਵਾ। ਅਹਿਮਦ ਸਾਹਿਬ ਦੇ ਆਪਾਂ ਜੁੱਤੀ ਲੈ ਕੇ ਚਲੇ, ਇਹਨੂੰ ਬਟਨ ਜਿਹਾ ਲਵਾਉਣਾ ਵਾ, ਚੇਪੀ ਜਿਹੀ ਲੱਗੀ ਹੋਈ ਖੋਲ੍ਹ ਲੈਂਦਾ ਵਾ, ਅਤੇ ਬਟਨ ਲੱਗਾ ਹੈਗਾ ਫਿੱਟ ਦੇਗਾ। ਹੁਣ ਆਪਾਂ ਚਲੀਏ ਦੁਕਾਨ ਤੇ। ਪਿਆਰੇ ਦੋਸਤੋ ਸਮਾਨ ਸ਼ਬੀਰ ਅਲਹਮਦੁਲਿਲ੍ਲਾਹ ਦੁਕਾਨ ਤੇ ਆ ਗਿਆ, ਤਾਂ ਹੁਣ ਆਪਾਂ ਜਿਹੜਾ ਆਪਾਂ ਕੰਮ ਕਰ ਲਿਆ, ਆਪਣਾ ਕੰਮ ਕੀ ਕਰਨਾ, ਖਲਾਉਣਾ ਹੀ ਹੈ। ਸਬਜ਼ੀ ਦੀ ਦੁਕਾਨ ਤੇ ਸਾਰੀ ਲਾ ਕੇ ਸਮਾਨ ਸ਼ਬੀਰ ਦੀ। ਮੌਲੀ ਸਾਹਿਬ ਜਿੰਨਾ ਕੁ ਆਪਾਂ ਅਮਰੂਦ ਲਈਦੇ ਹੁੰਦੇ ਸੀ, ਕੋਈ ਟਾਈਮ ਹੁੰਦਾ ਸੀ, ਹੁਣ ਇਹ ਜੰਮੂ ਲੈ ਆਏ ਮਾਸ਼ਾਅੱਲਾ। ਮੌਲੀ ਸਾਹਿਬ ਜੰਮੂ ਆਪਣੇ ਆ ਜਿਹੜੇ ਬੂਟੇ ਲੱਗੇ ਜਾਂ ਮੰਡੀਓ ਲਿਆਂਦੇ? ਵਾਕਈ ਉਹ ਜਿਹੜੇ ਨੁੱਕਰ 'ਚ ਲੱਗੇ ਹੋਏ ਸੀ, ਕਿੰਨੇ ਕੁ ਲੱਥੇ ਜਾਂਦੇ ਹੁਣ? ਸਹੀ ਆ ਫਿਰ ਨਹੀਂ ਤੂੰ ਤੂੰ ਅੱਧਾ ਕਿਲੋ ਕਰਨਾ ਫੁੱਲ VIP ਜੇ, ਮੈਂ ਲੈ ਕੇ ਜਾਵਾਂ ਘਰ। ਅੱਜ ਪਹਿਲੇ ਦਿਨ ਵੇਖੇ ਸੀ ਤੇ ਚਲੋ ਮੈਂ ਕਿਹਾ ਜੇ ਨਾ ਫਿਰ ਲੈ ਹੀ ਜਾਓ। ਜੰਮੂ ਕਾਲੇ ਤਰ੍ਹਾਂ, ਜੰਮੂ ਪੀਲੇ ਤਰ੍ਹਾਂ, ਪੀਲੇ ਵੀ ਹੁੰਦੇ ਆ ਵੈਸੇ, ਨਾਮ ਪਾਇਆ ਕਾਲੇ ਤਾਂ ਪੋਲੇ, ਕੋਈ ਸ਼ੱਕ ਨਹੀਂ ਹੈ, ਲਾਜਵਾਬ ਆ ਮਾਸ਼ਾਅੱਲਾ। ਪੀਲੇ ਘਰ ਲੈ ਕੇ ਜਾਣੇ ਜੋ ਇੱਥੇ ਬਾਹਰ ਭੁੱਲ ਗਏ, ਇੱਥੋਂ ਲੈ ਜਾਂਦੇ ਹੋਰ ਆਪਾਂ, ਇਹ ਖਾਣੇ ਹੁੰਦੇ ਅਹਿਮਦ ਨੇ।
ਭਾਈ ਇੱਕ ਟਾਈਮ ਕੇਲੇ, ਕੋਈ ਇੱਕ ਟਾਈਮ ਸੂਜੀ, ਕੋਈ ਸਾਬੂਦਾਣਾ, ਇਹਦੇ ਪਿੱਛੇ ਖਜੂਰਾਂ ਪਾਈਆਂ ਹੋਈਆਂ ਬਣਾਈਆਂ ਯਾਰ। ਨਾ ਫਰੂਟ ਜਿਹੜਾ ਨਾ ਇਕੱਠਾ ਕਰ ਲਈਏ ਜਿਹੜਾ ਲੈ ਕੇ ਜਾਣਾ ਵਾ। ਮੱਝ ਪੀਲ ਹੋ ਗਈ ਛੁੱਟੀ, ਤਾਂ ਪੈਸਾ 200-300 ਰੁਪਈਆ ਲੱਗ ਗਿਆ, ਤਾਂ ਬਾਕੀ ਲਵਾਂਗੇ ਫਰੂਟ ਜਿਹੜਾ ਸ਼ਾਮ। ਖਰਮਾਨੀਆਂ ਲੈਣੀਆਂ ਤਾਂ ਆਲੂ ਲੈਣੇ, ਪੈਸੇ ਆਉਣਗੇ ਤਾਂ ਫਿਰ ਸ਼ਾਮ ਨੂੰ ਇਨਸ਼ਾਅੱਲਾ ਲਵਾਂਗੇ। ਬਾਕੀ ਆਹ 2-3 ਚੀਜ਼ਾਂ ਆ ਗਈਆਂ ਲਓ ਜੀ ਪਿਆਰੇ ਦੋਸਤੋ, ਮੈਂ ਜਾ ਰਿਹਾ ਆਪਣੇ ਅਹਿਮਦ ਭਾਂਜਾ ਸਾਹਿਬ, ਉਹਦੀ ਟਿੰਡ ਕਰਾਉਣ ਵਾਸਤੇ। ਉਹਦੀ ਮਾਂ ਕਹਿੰਦੀ ਟਿੰਡ ਕਰਾ ਦੇ, ਤਾਂ ਚਲੋ ਆਪਾਂ ਟਿੰਡ ਕਰਾ ਦੀ। ਟਿੰਡ ਕਰਾਉਣੀ ਉਹਦੀ 2 ਵਾਰੀ, ਇੱਕ ਵਾਰੀ ਖੂਨ ਅਤੇ ਇੱਕ ਵਾਰੀ ਜਦੋਂ ਉਹਨੇ ਜਾਣਾ ਇੱਥੋਂ ਉਦੋਂ। 2 ਵਾਰੀ ਬਾਲ ਉਹਦੇ ਹੈਗੇ ਥੋੜ੍ਹੇ ਥੋੜ੍ਹੇ, ਅਤੇ ਇਸ ਕਰਕੇ ਟਿੰਡ ਹੋਵੇ ਤਾਂ ਬਾਲ ਜ਼ਿਆਦਾ ਆਉਂਦੇ ਆ। ਜ਼ਿਆਦਾ ਜਿੰਨੀ ਜ਼ਿਆਦਾ ਟਿੰਡ ਹੋਵੇ ਉਨੇ ਜ਼ਿਆਦਾ ਬਾਲ ਆਉਂਦੇ ਆ। ਇਹਦੀ ਹੋ ਜਾਵੇ ਟਿੰਡ, ਦੇਖੋ ਨਾ ਬਾਲ ਇਹਦੇ ਮੱਥੇ 'ਤੇ ਘੱਟ ਆ। ਜਦੋਂ ਟਿੰਡ ਹੋ ਜਾਏਗਾ ਨਾ 2-3 ਵਾਰੀ ਬਾਲ ਹੋ ਜਾਣਗੇ, ਏ ਬਾਲ ਖਣੇ ਖਣੇ ਬਾਲ ਆਉਣਗੇ ਇੱਦਾਂ ਹੀ। ਅਸਲਾਮ ਵਾਲੇਕੁਮ, ਟਿੰਡ ਫਰੀ ਕਰਦੇ ਉਸਤਾਦ ਬੱਚਿਆਂ ਦੀ, ਤਾਂ ਵੀ ਪੈਸੇ ਲੈਂਦੇ ਹੋ, ਸ਼ਰਮ ਨਹੀਂ ਹੈ ਬੱਚਿਆਂ ਦੀ? ਬੰਦਾ ਕਹਿੰਦਾ ਕਹਿੰਦਾ ਕੋਈ ਗੱਲ ਨਹੀਂ, ਖੈਰ ਆ ਫਰੀ ਹੈ। ਜੁੱਲੀ ਬਿਸਤਰਾ ਇੱਥੇ, ਮੈਂ ਜੁੱਲੀ ਬਿਸਤਰਾ, ਇਹਦਾ ਇਹ ਸੀਟ ਆ ਤੇਰੀ ਹੈ, ਇੱਧਰ ਐਸੇ ਇੱਦਾਂ ਹੀ ਰਹਿੰਦੇ, ਇੱਦਾਂ ਹੀ ਰਹਿੰਦੇ। ਹਾਂ ਹਾਂ ਹਾਂ, ਕਿਆ ਹੋਇਆ? ਕੁਛ ਨੀ ਹੋਣਾ, ਕੁਛ ਨੀ ਹੋਣਾ। ਬਹੁਤ ਦੇਖੋ ਸਾਹਮਣੇ, ਬਹੁਤ ਦੇਖੋ, ਕਿਆ ਬਾਤ ਹੈ। ਨਹੀਂ ਨਹੀਂ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਨਹੀਂ 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 ਨਹੀਂ, ਕੁਛ ਨਹੀਂ ਹੋਇਆ। ਬਹੁਤ ਦੇਖੋ ਸਾਹਮਣੇ, ਦੇਖੋ ਸਾਹਮਣੇ, ਬਹੁਤ ਦੇਖੋ ਸਾਹਮਣੇ, ਦੇਖੋ ਦੋ ਮਿੰਟ ਖਾ ਲਈ ਯਾਰ। ਹਾਂ 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 ਹਾਂ, ਕੁਛ ਨਹੀਂ ਹੋਇਆ, ਦੇਖ ਪਿੰਡ ਮੈਂ ਕਰਾਉਣਾ ਸੀ ਉਸਰੇ ਦੇ ਨਾਲ, ਉਹ ਭਾਈ ਪਿੰਡ ਵਾ, ਉਸਰੇ ਨਾਲ ਪਿੰਡ ਬੱਚਿਆਂ ਦੀ ਮਿਹਨਤ ਹੁੰਦੀ ਹੈ। ਅਤੇ ਚਲੋ ਮੈਂ ਕਿਹਾ ਫਿਰ ਮਸ਼ੀਨ, ਮੋਟੀ ਮਸ਼ੀਨ ਮੋਟੀ ਮਸ਼ੀਨ ਕਰਾ ਲਈ ਆ, ਬਾਕੀ ਠੀਕ ਹੋ ਗਿਆ, ਘੋਨਾ ਘੋਨਾ ਜਿਹਾ ਹੋ ਗਿਆ। ਬਾਕੀ ਇੱਕ ਵਾਰੀ ਫਿਰ ਕੋਈ 2-4 ਦਿਨ ਬਾਅਦ, ਕਿਉਂ ਜੀ, ਚਲੋ ਕਰੀ ਜਾਓ।
ਫੁੱਲ ਇੱਥੇ ਬੈਠੇ ਨਾ, ਹੋ ਗਈ ਨਹੀਂ ਹੋਈ, ਇੱਕ ਵਾਰੀ ਫਿਰ ਹੋਏਗੀ 5-7 ਦਿਨ ਬਾਅਦ, ਪੁਰਾਣੀ ਹੋਈ ਕਰਾ ਲਾਂਗੇ ਨਹੀਂ ਤਾਂ ਨਾ ਸਹੀ। ਪਿਆਰੇ ਦੋਸਤੋ, 7:30 ਹੋ ਗਿਆ ਅਤੇ ਹੁਣ ਸਮਾਨ ਛਪੇ ਤਾਂ ਜਾਣ ਦਾ ਟਾਈਮ ਹੋ ਗਿਆ ਦੁਕਾਨ 'ਤੇ ਜਾ ਕੇ, ਕੋਈ 1.5 ਘੰਟਾ ਬੈਠੀ ਹੈ, ਉਸ ਤੋਂ ਬਾਅਦ ਫਿਰ ਆਪਾਂ ਦੁਕਾਨ ਬੰਦ ਕਰ ਦੇਣੀ। ਕੀ ਕਰੀਏ ਵੀ ਲੋਕ ਵੀ ਇਹੀ ਡੇਲੀ ਆ ਰਹੇ, ਅਤੇ ਜਾਈਏ ਵੀ ਕਿਤੇ ਗਰਮੀ ਵੀ ਦੇ ਬਾਅਦ, ਕਿਤੇ ਮੌਕਾ ਮਿਲੇਗਾ ਇਨਸ਼ਾਅੱਲਾ ਜਾਣ ਦਾ ਤਾਂ ਫਿਰ ਆਪਾਂ ਲਾਜ਼ਮਨ ਜਾਵਾਂਗੇ ਕਿਤੇ ਨਾ ਕਿਤੇ। ਪਿਆਰੇ ਦੋਸਤੋ, ਸਮਾਨ ਛਪੇਰ ਅਲਹਮਦੁਲਿਲਾ ਦੁਕਾਨ 'ਤੇ ਆ ਗਿਆ, ਤਾਂ ਅਲਹਮਦੁਲਿਲਾ ਦੁਕਾਨ 'ਤੇ ਆਏ ਹਾਂ। ਸਬਜ਼ੀ ਕਾਫੀ ਸਾਰੀ ਵਿਕੀ ਹੋਈ ਮਾਸ਼ਾਅੱਲਾ, ਸਿਰਫ ਇੱਕ ਭਿੰਡੀ ਨਹੀਂ ਵਿਕੀ, ਭਿੰਡੀ ਕਾਫੀ ਸਾਰੀ ਪਈ ਹੋਈ, ਪਿੱਛੇ ਵੀ ਛਾਪਰ ਪਿਆ ਤੇ ਇੱਥੇ ਵੀ ਪਿਆ ਹੈ। ਸੁਬਹਾ ਮੈਂ ਲੋਬੇ ਦੀਆਂ ਫਲੀਆਂ ਹੁੰਦੀਆਂ ਬਰੀਕ ਬਰੀਕ ਜਿਹਾ, ਪਤਾ ਨਹੀਂ ਮਸਰਾਂ ਦੀਆਂ ਫਲੀਆਂ ਕਹਿੰਦੇ ਜਾਂ ਕੀ ਕਹਿੰਦੇ, ਉਹ ਆਪਣੇ ਸਮਾਨ ਸਾਹਿਬ ਨੇ ਕਿਹਾ ਸੀ ਅਤੇ ਮੈਨੂੰ ਯਾਦ ਨਹੀਂ ਰਿਹਾ ਉਹਨੂੰ ਕਹਿਣ ਦਾ, ਫੋਨ ਕਰਨ ਦਾ, ਤਾਂ ਮੂੰਗ ਦੀ ਫਲੀਆਂ ਕਹਿੰਦੇ ਜਾਂ ਕੀ ਕਹਿੰਦੇ ਉਹਨੂੰ, ਬਸ ਸ਼ਾਇਦ ਉਹਨਾਂ ਸਰ ਹੀ ਮਿਲਦੀਆਂ। ਮੈਂ ਫੈਸਲਾ ਬਾਅਦ ਵੀ ਇੱਕ ਦੋ ਮੁੰਡਿਆਂ ਨੂੰ ਕਿਹਾ ਸੀ, ਉੱਥੇ ਮਿਲੀਆਂ ਕੋਈ ਨਹੀਂ ਸੀ, ਅੱਜ ਮੰਡੀ ਆਈਆਂ ਸੀ ਤਾਂ ਮੈਂ ਲੈ ਆਇਆ, ਤਾਂ ਮੈਨੂੰ ਯਾਦ ਹੀ ਕੋਈ ਨਹੀਂ ਉਹਨਾਂ ਨੂੰ ਕਹਿਣ ਦਾ, ਉਹ ਆਣ ਕੇ ਲੈ ਜਾਂਦੇ। ਚਲੋ ਹੁਣ ਕਾਲ ਕਰਦੇ ਲੈ ਜਾਵੇ ਆਣ ਕੇ। ਕਹਿੰਦੇ ਦੋਸਤੋ, ਦੁਕਾਨ ਹੋ ਗਈ ਆਪਣੇ ਬੰਦ, ਤਾਂ ਆਪਾਂ ਜਾ ਰਹੇ ਘਰ ਬਰਤਨ ਲੈ ਕੇ ਅਤੇ ਜਾ ਕੇ ਖਾਣਾ ਖਾਈਏ। ਵੀਡੀਓ ਖਤਮ ਕਰਦੇ ਹਾਂ, ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਮਤ ਭੁੱਲੇਗਾ, ਦਬਾਉਣੀ ਯਾਦ ਰੱਖਣਾ। ਅੱਲਾ ਹਾਫਿਜ਼।